ਲਾਰਾ ਲਾ ਕੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ। ਉੱਤੋਂ ਕਹਿਤਾ ਵੀ ਐਮ ਐਸ ਪੀ ਦੇ ਗਰੰਟੀ ਕਾਨੂੰਨ ਬਣਾਵਾਂਗੇ, ਲਖੀਮਪੁਰ ਦੇ ਜਿੰਨੇ ਵੀ ਸ਼ਹੀਦ ਆ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਦਵਾਵਾਂਗੇ। ਪਰ ਉਹਨਾਂ ਵਿੱਚੋਂ ਕੋਈ ਮੰਗ ਨਹੀਂ, ਨਾ ਐਮ ਐਸ ਪੀ ਦੇ ਗਰੰਟੀ ਕਾਨੂੰਨ ਬਣਾਇਆ ਕੋਈ, ਨਾ ਲਖੀਮਪੁਰ ਦੇ ਵਿੱਚ ਸਾਡੇ ਸ਼ਹੀਦ ਹੋ। ਜਿਹੜੇ ਸਾਡੇ ਬੰਦੇ ਆ ਕਿਸਾਨ ਉਹ ਅੰਦਰ ਆ, ਅਤੇ ਜਿਹੜਾ ਟਹਿਣੀ ਮਿਸ਼ਰਾ ਕਾਤਲ ਆ ਉਹ ਦੇਖੋ ਜਮਾਨਤ ਦੇ ਬਾਹਰ ਆ ਚੁੱਕਾ, ਅਤੇ ਉਹਨੂੰ ਔਲਕਾ ਟੈਕਟ ਵੀ ਦਿੱਤੀ ਆ। ਅਤੇ ਅਸੀਂ ਪੰਜਾਬ ਦੇ ਵਿੱਚ ਮਾਹੌਲ ਵਿਰੋਧ ਕਰ ਰਹੇ ਹਾਂ ਔਰ ਡੱਟ ਕੇ ਜਿੰਨਾ ਚਿਰ ਮੋਦੀ ਸਾਹਿਬ ਸਾਡੀਆਂ ਮੰਗਾਂ ਨਹੀਂ ਮੰਨਦੇ, ਕਿਉਂਕਿ ਮੋਦੀ ਨੇ ਹੁਣ ਗਾਂਹ ਤਾਂ ਆਉਣਾ ਨਹੀਂ, ਇਹ ਤਾਂ ਭੁਲੇਖਾ 400 ਪਾਰ ਕੁਛ ਨਹੀਂ, ਇਹ 150 ਦੇ ਲਾਗੇ ਛਾਗੇ ਰਹਿ ਜਾਣਾ, ਕਿਉਂਕਿ ਮੋਦੀ ਦਾ ਇੰਡੀਆ। ਅਸੀਂ ਸਾਰਿਆਂ ਨੂੰ ਪੰਜਾਬੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦੇ ਵੀ ਇਹਨੂੰ ਵੋਟਾਂ ਨਾ ਪਾਓ, ਇਹ ਫਿਰਕਾ ਪ੍ਰਸਤੀ ਰਾਜਨੀਤੀ ਖੇਡਦੇ ਨੇ, ਮਾਹੌਲ ਪੰਜਾਬ ਦਾ ਪੂਰਾ ਖਰਾਬ ਕਰਨਾ, ਪੰਜਾਬ ਦਾ ਭਾਈਚਾਰਾ ਖਰਾਬ ਕਰਨਾ। ਅਸੀਂ ਬੇਨਤੀ ਕਰਦੇ ਪੰਜਾਬ ਦਾ ਭਾਈਚਾਰਾ ਨਾ ਖਰਾਬ ਹੋਵੇ ਅਤੇ ਇਹਨਾਂ ਨੂੰ ਵੋਟਾਂ ਨਾ ਪਾ ਕੇ 13 ਦੇ ਵਿੱਚੋਂ ਇੱਕ ਵੀ ਸੀਟ ਇਹਨੂੰ ਨਹੀਂ ਆਊਗੀ। ਪਿਛਲੇ ਸਮੇਂ ਵਾਅਦਿਆਂ ਵਿੱਚੋਂ ਮੋਦੀ ਸਰਕਾਰ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ, ਨਾ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ, ਨਾ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਇਆ। ਕਿਸਾਨਾਂ ਨਾਲ ਕੀਤੇ ਵਾਅਦੇ ਲਾਗੂ ਕਰਨ ਦੀ ਬਜਾਏ ਮੋਦੀ ਸਰਕਾਰ ਦਿੱਲੀ ਜਾ ਰਹੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਡਰੋਨਾਂ ਰਾਹੀਂ ਹਮਲੇ, ਸਿੱਧੀਆਂ ਗੋਲੀਆਂ, ਰਸਤਿਆਂ 'ਚ ਕਿੱਲ ਕੱਢ ਕੇ ਜਿੰਨਾ ਕਿਸਾਨੀ ਨੂੰ ਜ਼ਲੀਲ ਕੀਤਾ, ਉਹ ਸਾਰੇ ਦੇਸ਼ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਵਿਦਿਆਰਥੀਆਂ ਦਾ, ਵਪਾਰੀਆਂ ਦਾ, ਸਾਰਿਆਂ ਦਾ ਗੁੱਸਾ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ਼ ਅਸੀਂ ਕਰ ਰਹੇ ਹਾਂ, ਔਰ ਆਪਣੀ ਆਵਾਜ਼ ਜਲੰਧਰ ਦੀ ਧਰਤੀ ਦੇ ਉੱਤੋਂ ਸਮੁੱਚਾ ਕਿਸਾਨ ਅਤੇ ਸਮੁੱਚਾ ਮਜ਼ਦੂਰ ਵਰਗ ਅਸੀਂ ਬੁਲੰਦ ਕਰ ਰਹੇ ਹਾਂ। ਮੋਦੀ ਸਰਕਾਰ ਦਾ ਉਹਦੇ ਜ਼ੁਲਮਾਂ ਦਾ ਜਵਾਬ ਦੇਣ ਲਈ ਉਹ ਦੇਸ਼ ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਅਸੀਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਉਹ ਡਟ ਕੇ ਵਿਰੋਧ ਕਰ ਰਹੇ ਹਾਂ, ਕਿਉਂਕਿ ਸਰਕਾਰ ਨੇ ਦੇਸ਼ ਦੇ ਤੇਲ ਕੰਪਨੀਆਂ, ਜਹਾਜ਼ ਕੰਪਨੀਆਂ, ਦੇਸ਼ ਦੀ ਰੇਲਵੇ, ਸਾਰਾ ਕੁਛ ਆਪਣੇ ਅਡਾਨੀ ਅੰਬਾਨੀ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਲਟਾ ਕੇ ਦੇਸ਼ ਦੀ ਆਮ ਜਨਤਾ ਨੂੰ ਗਾਲ ਕਰਦੇ, ਕੋਈ ਕਸਰ ਬਾਕੀ ਨਹੀਂ ਛੱਡੀ, ਔਰ ਵੱਡੇ ਵੱਡੇ ਝੂਠ ਬੋਲ ਕੇ ਦੇਸ਼ ਨੂੰ ਗੁੰਮਰਾਹ ਕੀਤਾ। ਸੋ ਸਾਰੇ ਦੇਸ਼ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ, ਚਾਹੇ ਮਣੀਪੁਰ ਦੇ ਵਿੱਚ ਮਹਿਲਾਵਾਂ ਦੇ ਨਾਲ ਜੋ ਬਦਸਲੂਕੀ ਬੀਜੇਪੀ ਵੱਲੋਂ ਕੀਤੀ ਗਈ, ਚਾਹੇ ਪਹਿਲਵਾਨ ਬੇਟੀਆਂ ਦੇ ਨਾਲ ਜੋ ਬਦਸਲੂਕੀ ਬ੍ਰਿਜਭੂਸ਼ਣ ਸਿੰਘ ਭੂਸ਼ਣ ਵੱਲੋਂ ਕੀਤੀ ਗਈ, ਔਰ ਅਜੇ ਮਿਸ਼ਰਾ ਟੈਨੀ ਨੂੰ ਉਹ ਸਜ਼ਾ ਦੇਣ ਦੀ ਬਜਾਏ ਟੈਨੀ ਔਰ ਮਿਸ਼ਰਿਆਂ ਨੂੰ ਪਾਰਲੀਮੈਂਟ ਦੀ ਟਿਕਟ ਦੇ ਕੇ ਬੀਜੇਪੀ ਬਲਾਤਕਾਰੀਆਂ ਨੂੰ ਜਿਹੜੀ ਦੇਸ਼ ਦੇ ਵਿੱਚ ਪ੍ਰਮੋਟ ਕਰ ਰਹੀ ਹੈ, ਅਸੀਂ ਡਟ ਕੇ ਉਹਦਾ ਵਿਰੋਧ ਕਰ ਰਹੇ ਹਾਂ ਔਰ ਜਾਰੀ ਰਹੂਗਾ।